ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਖੰਨਾ ਜ਼ਿਲ੍ਹੇ 'ਚ ਪੈਂਦੇ ਸਮਰਾਲਾ ਦੇ ਪਿੰਡ ਬਗਲੀ ਤੋਂ, ਜਿੱਥੇ ਤੁਹਾਡੇ ਸਾਹਮਣੇ ਤਸਵੀਰ ਹੈ ਪਿੰਡ ਦੇ ਰਹਿਣ ਵਾਲੇ ਤਨਵੀਰ ਸਿੰਘ ਨਾਮ ਦੇ ਨੌਜਵਾਨ ਦੀ, ਜਿਸਦਾ ਬੀਤੇ ਦਿਨੀ ਪਿੰਡ ਦੇ ਰਹਿੰਦੇ ਅਮਨਦੀਪ ਸਿੰਘ ਨੇ ਤੇਜ਼ ਧਾਰ ਬਰਫ਼ ਵਾਲਾ ਸੂਆ ਸੀਨੇ 'ਚ ਮਾਰ ਮਾਰ ਕੇ ਕਤਲ ਕਰ ਦਿੱਤਾ। ਕਾਰਨ ਸੀ ਕਿ ਅਮਨਦੀਪ ਨੇ ਬੀਤੇ ਦਿਨੀ ਪਸ਼ੂ ਬੰਨ ਕੇ ਲੱਕੜਾਂ ਸੁੱਟ ਕੇ ਰਾਹ ਰੋਕਿਆ ਹੋਇਆ ਸੀ ਤੇ ਜਦੋਂ ਨੌਕਰੀ ਤੋਂ ਘਰ ਵਾਪਸ ਆਉਂਦੇ ਤਨਵੀਰ ਸਿੰਘ ਨੇ ਰਸਤੇ 'ਚੋਂ ਲੱਕੜਾਂ ਚੁੱਕਣ ਨੂੰ ਕਿਹਾ ਤਾਂ ਜੋ ਅੱਗੇ ਲੰਘ ਸਕੇ ਤਾਂ ਅਮਨਦੀਪ ਨੇ ਇਨਕਾਰ ਕਰ ਦਿੱਤਾ ਤੇ ਸ਼ਰਾਬ ਪੀਤੀ 'ਚ ਮ੍ਰਿਤਕ ਨੌਜਵਾਨ ਨਾਲ ਹੱਥੋਂ ਪਾਈ ਹੋ ਗਿਆ। ਰੁਮਾਲ 'ਚ ਲਪੇਟੇ ਸੂਏ ਦੇ ਨਾਲ ਉਸਦੀ ਛਾਤੀ 'ਚ ਇੱਕ ਤੋਂ ਬਾਅਦ ਇੱਕ ਵਾਰ ਕਰ ਦਿੱਤੇ, ਜਿਸ ਦੇ ਨਾਲ ਤਨਵੀਰ ਸਿੰਘ ਦੀ ਮੌਤ ਹੋ ਗਈ। ਅੱਛਾ, ਕੀ ਜਿਹਦੇ ਮੁੰਡੇ ਦੀ ਡੈਥ ਕੀ ਲੱਗਦੇ ਤੁਸੀਂ ਉਹਦੇ? ਅੱਛਾ, ਕੀ ਨਾਮ ਸੀ ਬੇਟੇ ਦਾ? ਤਨਵੀਰ। ਕੀ ਹੋਇਆ ਸਾਰਾ ਮਾਮਲਾ? ਰਾਹ ਬੰਦ, ਰਸਤਾ ਕੀਤਾ ਸੀ ਬੰਦ, ਇਹ ਮੋਟਰਸਾਈਕਲ ਇੱਧਰੋਂ ਲੈ ਕੇ ਆਇਆ ਸੀ, ਇਹ ਕਹਿੰਦਾ ਮੈਂ ਇੱਥੇ ਜੇ ਲਿਖਾਉਣਾ, ਉਹਨੇ ਚੱਕੇ ਨਹੀਂ ਲੱਕੜੀ ਲੁੱਕੜ ਓਕਣੀ, ਫਿਰ ਉਹ ਇਹਨੇ ਪਰੇ ਬਾਹਾਂ ਚੱਕ ਸਿੱਟਣ ਲੱਗ ਗਿਆ, ਇਹਨੇ ਜਦੇ ਹੀ ਉਹਨੇ ਪਤਾ ਨਹੀਂ ਕੀ ਮਾਰੀ ਗਿਆ, ਇਹਨੇ ਫੜ ਲਿਆ, ਜੱਫਾ ਲੱਗ ਗਿਆ, ਉਹ ਕਹਿੰਦਾ ਰੁਮਾਲ 'ਚ ਲਪੇਟਿਆ ਸੀਗਾ, ਦਿਖੇ ਨਹੀਂ ਹੈਗਾ ਸੰਤਾ ਸੋਇਆ ਇਸਦਾ ਘਰੇ ਆ ਕੇ ਦੇਖਿਆ ਜਦ ਲੈ ਕੇ ਆਏ ਨੇ। ਕੀ ਮੰਗ ਕਰਦੇ ਹੋ ਜਿਹੜਾ ਇਹਨੇ ਤੁਹਾਡੇ ਬੱਚੇ ਨਾਲ ਇਹੋ ਜਿਹਾ ਕੰਮ ਕੀਤਾ? ਅੱਗੇ ਵੀ ਪਿੰਡ 'ਚ ਇਹੋ ਜਿਹਾ ਕੁਛ ਕਰਦਾ? ਇੱਕ ਮਿੰਟ ਜੀ, ਹਾਂਜੀ, ਇਹੀ ਕੁਛ ਕਰਦਾ ਜੀ, ਕਿਰਪਾਨ ਰੱਖਦਾ ਹੱਥ 'ਚ। ਅੱਛਾ, ਕੋਈ ਸਰਪੰਚ ਨੇ ਜਾਂ ਹੋਰ ਕੋਈ ਲਵੇ ਵੀ ਨਹੀਂ ਲੱਗਿਆ? ਨਹੀਂ, ਕਿਸੇ ਸਰਪੰਚ ਨੇ ਜਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਅੱਜ ਤੱਕ? ਉਹਨਾਂ ਨੇ ਛੜਾਇਆ ਵੀ ਨਹੀਂ ਮੁੰਡਾ? ਮੈਂ ਇਕੱਲੀ ਖੜੀ ਤੇ ਅਸੀਂ ਦੋ ਪਛਾਣੀ, ਹੋਰ ਕਿਸੇ ਨੇ ਨਹੀਂ ਛੜਾਇਆ। ਵੀਰ ਜੀ, ਮੁੰਡਾ ਜਦ ਕੰਮ ਤੋਂ ਆਉਂਦਾ ਤੇ ਉਧਰੋਂ ਕੀ ਨਾਮ ਸੀ ਜਿਹੜਾ ਆ ਰਿਹਾ ਸੀ? ਸ੍ਰੀ ਰਾਮ। ਆਹ ਤੇ ਤੀਰੀ। ਕਿੰਨੀ ਉਮਰ ਹੋਣੀ ਉਹਦੀ? ਉਹਦੀ ਉਮਰ ਹੋਊਗੀ ਜੀ 35-36 ਸਾਲ। ਅੱਛਾ, ਕੀ ਹੋਇਆ? ਬਸ ਜਦ ਉਧਰੋਂ ਆਉਂਦਾ ਤੇ ਇਹ ਆਪਣੇ ਡੰਗਰਾਂ ਦੇ ਰੱਸੇ ਵੱਢਦਾ ਤੇ ਉਹਦੇ ਚਾਚੇ ਨੇ ਕਿਹਾ ਤਾ ਵੀ ਤੂੰ ਡੰਗਰ ਕੱਢ ਲੈ, ਖੋਲ ਲੈ ਇੱਥੇ ਤੇ ਰਸਤੇ ਦੇ ਵਿੱਚੋਂ। ਇਹ ਕਹਿੰਦਾ ਮੈਂ ਨਹੀਂ ਖੋਲਣਾ, ਵੀ ਸਾਰਿਆਂ ਦੇ ਡੰਗਰ ਖਿਲਾ ਮੈਂ ਤਾਂ ਖੋਲੂੰਗਾ। ਉਹ ਕਹਿੰਦਾ ਕੋਈ ਗੱਲ ਨਹੀਂ, ਸਾਰਿਆਂ ਦੇ ਖਿਲਾ ਦਾਂਗੇ, ਵੀ ਤੂੰ ਆਪਣੇ ਵਾਲੇ ਡੰਗਰ ਖੋਲ ਦੇ, ਸਾਰੇ ਲੱਕੜਾਂ ਲੁੱਕੜਾਂ ਸਾਰੀਆਂ ਵਿਚਾਲੇ ਸਿੱਟੀਆਂ ਹੋਈਆਂ। ਤਾਂ ਉਹ ਮੁੰਡਾ ਕਹਿੰਦਾ ਵੀ ਮੈਂ ਲੰਘਣਾ, ਤੂੰ ਲੱਕੜਾਂ ਚੱਕ ਦੇ। ਉਹ ਕਹਿੰਦਾ ਮੈਂ ਨਹੀਂ ਚੱਕਣੀਆਂ ਹੈਗੀਆਂ। ਬਸ ਇੰਨੇ 'ਚ ਇਹਨਾਂ ਦੇ ਜੱਫੇ ਲੱਗ ਗਏ, ਉਹਦੇ ਕੋਲ ਸੂਆ ਸੀਗਾ ਬਰਫ਼ ਭੰਨਣ ਵਾਲਾ, ਉਹਨਾਂ ਨੇ ਜਦ ਹੀ ਫਟਾਫਟ ਇੱਥੇ ਦਿਲ 'ਤੇ ਹੀ ਮਾਰੀ ਗਿਆ। ਉੱਧਰ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਪਿੰਡ 'ਚੋਂ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਵੀ ਮੁਲਜ਼ਮ ਅਮਨਦੀਪ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਦਾ ਕਾਰਨ ਤਾਂ ਇੱਦਾਂ ਸੀ ਵੀ ਅਮਨਦੀਪ ਸਿੰਘ ਸਾਡਾ ਕੇਸਰ ਸਿੰਘ ਬਗਲੀ ਦਾ ਲੜਕਾ, 35 ਸਾਲ ਉਮਰ ਹੈ। ਇਹਨਾਂ ਗਲੀ 'ਚ ਤਾਂ ਗਊਆਂ ਬੰਨੀਆਂ ਹੋਈਆਂ ਸੀਗੀਆਂ ਅਤੇ ਜਿਹੜਾ ਮ੍ਰਿਤਕ ਹੈਗਾ ਤਨਵੀਰ ਸਿੰਘ ਸਾਨੂੰ ਸ੍ਰੀ ਰਾਮ ਜੀ ਬਗਲੀ ਦਾ, ਇਹ ਚਾਵੇ ਨੌਕਰੀ ਕਰਦਾ ਮੁੰਡਾ। ਜਦੋਂ ਸ਼ਾਮ ਨੂੰ ਉੱਥੋਂ ਕਿਤੇ ਕੰਮ ਤੋਂ ਵਿਹਲਾ ਹੋ ਕੇ ਆਇਆ ਮੋਟਰਸਾਈਕਲ ਦੇ ਉੱਤੇ, ਇਹਨੇ ਗਲੀ 'ਚੋਂ ਲੰਘਣ ਵਾਸਤੇ ਰਸਤਾ ਨਹੀਂ ਸੀ ਇਹਨੂੰ ਘਰ ਜਾਣ ਵਾਸਤੇ। ਇਹਨਾਂ ਅਮਨਦੀਪ ਨੂੰ ਕਿਹਾ ਵੀ ਆਪਣੀਆਂ ਗਾਈਆਂ ਪਾਸੇ ਬੰਨ ਲਾ, ਵੀ ਗਲੀ ਰੋਕਦੀ ਆ। ਇਸੇ ਗੱਲ ਪਿੱਛੇ ਇਹਨਾਂ ਆਪਸ ਤਕਰਾਰ ਹੋ ਗਿਆ ਅਤੇ ਜਿਹੜਾ ਇਹਨਾਂ ਅਮਨਦੀਪ ਦੋਸ਼ੀ ਹੈ, ਇਹਦੇ ਕੋਲ ਜੇਬ 'ਚੋਂ ਇਹਨੇ ਕੱਢਿਆ ਆਪਣੇ ਬਰਫ਼ ਤੋੜਨ ਵਾਲਾ ਸੂਆ ਹੁੰਦਾ, ਇਹ ਸੂਆ ਮਾਰਿਆ ਅਤੇ ਸੂਆ ਜਿਹੜਾ ਤਾਂ ਮੁੰਡਾ ਅਤੇ ਸਿੱਧਾ ਛਾਤੀ 'ਚ ਲੱਗਾ ਦਿਲ ਵਾਲੀ ਸਾਈਡ, ਦੋ ਤਿੰਨ ਹੋਰ ਮਾਰੇ ਅਤੇ ਪਿੱਠ 'ਤੇ ਮਾਰਿਆ, ਇਹਦੇ ਨਾਲ ਡੈਥ ਹੋ ਗਈ ਜੀ ਮੁੰਡੇ। ਜਿਹਦੇ ਰਿਗਾਰਡਿੰਗ ਫਿਰ ਅਸੀਂ ਜਿਹੜੇ ਅਮਨਦੀਪ ਦੇ ਖਿਲਾਫ਼ ਮੁਕੱਦਮਾ ਨੰਬਰ 186 ਮਿਤੀ 24/8/19 ਅੰਡਰ ਸੈਕਸ਼ਨ 302 IPC ਥਾਣਾ ਸਮਰਾਲਾ ਦਰਜ ਕੀਤਾ ਹੈਗਾ। ਹੁਣ ਇਹ ਘਟਨਾ ਸ਼ਰੇਆਮ ਸਬੂਤ ਦਿੰਦੀ ਹੈ ਕਿ ਕਿਵੇਂ ਅੱਜ ਦੇ ਦੌਰ 'ਚ ਲੋਕਾਂ 'ਚ ਸਹਿਣਸ਼ੀਲਤਾ ਕਿੰਨੀ ਘੱਟਦੀ ਜਾ ਰਹੀ ਹੈ, ਜਿੱਥੇ ਮਾਮੂਲੀ ਜਿਹੀਆਂ ਗੱਲਾਂ ਪਿੱਛੇ ਲੋਕਾਂ ਦੇ ਕਤਲ ਤੱਕ ਹੋ ਜਾਂਦੇ ਨੇ। ਖੰਨਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।